ਵਾਹਿਗੁਰੂ ਸਾਹਿਬ ਜੀ ਫਤਿਹ। ਅਗਲੀ ਖਬਰ ਜੀ, ਕਿਸਾਨ ਨੀ ਮੰਗਾਂ ਡੱਲੇਵਾਲ ਨਾਲ ਗੱਲਬਾਤ ਤੋਂ ਟਾਲਾ ਵੱਟਣ ਲੱਗੀ ਸਰਕਾਰ। ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਧਰਨੇ ਸ਼ਮੂਲੀਅਤ। ਮੈਂ ਭਗਵੰਤ ਮਾਨ ਜੀ ਦੇ ਨਾਲ ਦੱਸ ਦਿੰਦਾ ਕਿ ਜਿਨ੍ਹਾਂ ਨੂੰ ਹੁਣ ਸਮਝ ਆ ਗਈ ਏ ਕਿ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਕੋਈ ਫਾਇਦਾ ਨਹੀਂ, ਸੋ ਆਰਾਮਖੋਰ ਇਕੱਠੇ ਕਰੋ ਅਤੇ ਇਹ ਕਿਸਾਨ ਇਕੱਠੇ ਹੁੰਦੇ, ਇਹ ਕਿਸਾਨ ਮੂਰਖ ਹੁੰਦੇ ਨੇ, ਇਹਨਾਂ ਨੇ ਗੱਲਬਾਤ ਕਰਕੇ ਵੀ ਧਰਨੇ ਲਾਉਣੇ, ਨਾ ਕਰਕੇ ਧਰਨੇ ਲਾਉਣੇ ਨੇ। ਧਰਨੇ ਲਾਉਣੇ ਦਾ ਸ਼ੌਂਕ, ਜਿਹਨੇ ਧਰਨੇ ਲਾਉਂਦੇ ਤਾਂ ਫੋਟੋ ਆਉਂਦੀ ਇਹਨਾਂ ਦੀ, ਦੂਜੇ ਨਾਲ NRI ਤੋਂ ਪੈਸੇ ਚੜ੍ਹਦੇ ਨੇ, ਇਹ ਸਾਰੇ ਕੁੱਟ ਖਾਣ ਵਾਲੇ ਨੇ, ਸੋ ਕੁੱਟਿਆ ਵੀ ਨਾ ਕਰੋ ਕਿਉਂਕਿ ਬਦਨਾਮੀ ਹੁੰਦੀ ਹੈ। ਇਹਨਾਂ ਨੂੰ ਕੋਖਾ ਖਸਮਾਉਣ ਬੈਠੇ ਰਹੋ, ਭਾਵੇਂ ਸੜ ਸੜ ਕੇ ਮਰਜ਼ੀ, ਤੁਹਾਡੀ ਗੱਲ ਸੁਣਨੀ ਨਹੀਂ ਆਈ। ਸੋ ਭਗਵੰਤ ਮਾਨ ਜੀ, ਮੈਂ ਤੁਹਾਡੇ ਨਾਲ ਹਾਂ। ਨਜਾਇਜ਼ ਸ਼ਰਾਬ ਮਾਮਲੇ ਦੀ CBI ਅਤੇ ED ਵੱਲੋਂ ਜਾਂਚ ਹੋਵੇ। ਬਾਜਵਾ ਨੂੰ ਸਿਰਫ ਗੱਦੀ ਲੈਣ ਦਾ ਸ਼ੌਂਕ ਹੈ, ਪਹਿਲੇ ਤਾਂ ਕੱਖ ਨਹੀਂ ਹੈਗਾ, ਇਹ ਵੀ ਬੰਦਾ ਕੋਈ ਚੱਜ ਦਾ ਨਹੀਂ ਹੈਗਾ, ਉਹ ਮੂਰਖ ਆਦਮੀ ਹੈ। ਡੇਰਾ ਪ੍ਰੇਮੀ ਕਤਲ ਮਾਮਲੇ 2 ਹੋਰ ਗ੍ਰਿਫਤਾਰ, ਜਿਹਨੇ ਮਿਲੀ ਗ੍ਰਿਫਤਾਰ ਕਰ ਲਓ। ਜਦ ਤੱਕ ਡੇਰਾ ਪ੍ਰੇਮੀਆਂ ਨੇ ਸਿੱਖਾਂ ਦੇ ਖਿਲਾਫ਼ ਕੋਹੜ ਤੋਲਣਾ, ਇਹਨਾਂ ਦੇ ਕਤਲ ਹੁੰਦੇ ਰਹਿਣੇ ਨੇ, ਔਰ ਇਸ ਚੀਜ਼ ਦਾ ਸਵਾਗਤ ਕੀਤਾ ਜਾਣਾ ਚਾਹੀਦਾ। ਹਿਰਨ ਮਾਮਲਾ, ਲੁਧਿਆਣਾ 'ਚ ਥਾਣੇਦਾਰ ਸਮੇਂ 3 ਮੁਲਜ਼ਮ ਕਾਬੂ। ਇਹ ਹਿਰਨ ਨਸ਼ੇਦਾਰ ਪਦਾਰਥ ਏ, ਥਾਣੇਦਾਰ ਵੀ ਖਾਂਦੇ ਨੇ ਅਤੇ ਮੁਲਜ਼ਮ ਵੀ ਖਾਂਦੇ ਨੇ। ਫੜ ਕੇ ਉਹਨਾਂ ਕਟਾਬਾ ਕਰੋ, ਲੰਮੇ ਪਾ ਲਓ ਇਹਨਾਂ ਨੂੰ, ਅਤੇ ਇਹ ਹਿਰਨ ਜਿਹੜੀ ਨਾ ਜਗੀਰ ਕੌਰ ਨੂੰ ਖਵਾਇਆ ਕਰੋ, ਜਾਂ ਬਾਦਲਾਂ ਦੇ ਬੜੇ ਸ਼ਕੀਨ ਨੇ ਨਸ਼ੇਦਾਰ ਪਦਾਰਥ ਖਾਣ ਦੇ। ਟੈਂਡਰ ਘਪਲਾ, ਗ੍ਰਿਫਤਾਰ ਅਧਿਕਾਰੀਆਂ ਨੂੰ ਪੁਲਿਸ ਰਿਮਾਂਡ 'ਤੇ ਭੇਜਿਆ, ਹਾਂ ਭੇਜਣਾ ਚਾਹੀਦਾ ਸੀ, ਕਟਾਪਾ ਹੋਣਾ ਚਾਹੀਦਾ ਸੀ। ਬੱਚੀ ਨਾਲ ਜਬਰ ਜਨਾਹ ਦੇ ਦੋਸ਼ ਹੇਠ ਗ੍ਰਿਫਤਾਰ, ਕਿੰਨੀ ਮਾੜੀ ਖਬਰ ਏ। ਫਗਵਾੜੇ ਦੀ ਸਤਨਾਮਪੁਰਾ ਦੀ ਪਿੰਡ ਹੈਗਾ, ਅਤੇ ਇੱਕ 6 ਸਾਲ ਦੀ ਬੱਚੀ ਨਾਲ ਇਹ ਕੁਕਰਮ ਹੋਇਆ। ਮਾਂ ਆਪਣੀ ਵੱਡੀ ਕੁੜੀ ਨੂੰ ਛੱਡਣ ਗਈ ਸਕੂਲ, ਅਤੇ ਛੋਟੀ ਬੱਚੀ ਨੂੰ ਘਰ ਛੱਡ ਗਈ, ਅਤੇ ਪਿੱਛੋਂ ਕੋਈ ਗੁਆਂਢੀ ਆਇਆ ਅਤੇ ਆਪਣਾ ਉਹਦੇ ਨਾਲ ਖੇਹ ਖਾ ਗਿਆ, ਅਤੇ ਹੁਣ ਬੱਚੀ ਦੀ ਹਾਲਤ ਬੜੀ ਖਰਾਬ ਏ। ਅਤੇ ਜਿਹੜੇ ਨੌਜਵਾਨ ਨੇ ਇਹ ਕੰਮ ਕੀਤਾ ਅਤੇ ਉਹ ਫੜਿਆ ਤਾਂ ਗਿਆ, ਪਰ ਉਹਨੂੰ ਗੋਲੀਆਂ ਨਾਲ ਭੁਣ ਕੇ ਰੱਖ ਦਿਓ। ਲੋਕਾਂ ਨੂੰ 4.5 ਸਾਲ ਲੰਘਾਉਣ ਦਾ ਫਿਕਰ ਸਤਾਉਣ ਲੱਗਾ ਸੁਖਬੀਰ, ਇਹ ਜਿਵਲੀਆਂ ਮਾਰਦਾ ਰਹਿੰਦਾ। ਮੈਂ ਉਹਨੂੰ ਪੁੱਛਾਂ, ਜਿੰਨੇ ਕੰਮ ਆਦਮੀ ਪਾਰਟੀ ਨੇ ਕੀਤੇ ਤੁਸੀਂ ਇੱਕ ਵੀ ਨਹੀਂ ਕੀਤਾ, ਇਸ ਕਰਕੇ ਸੁਖਬੀਰ ਜੀ ਜਿਵਲੀਆਂ ਘੱਟ ਮਾਰਿਆ ਕਰੋ। ਮੈਨੂੰ ਵੀ ਮਿਲ ਰਹੀਆਂ ਨੇ ਜਾਨੋਂ ਮਾਰਦੀਆਂ ਧਮਕੀਆਂ, ਵੜਿੰਗ ਇਹ ਵੜਿੰਗ ਨੂੰ ਸੁਰਖੀਆਂ ਜਾਣ ਦਾ ਸ਼ੌਂਕ ਏ, ਬੰਦਾ ਬਹੁਤ ਆਰਾਮਖੋਰ ਏ, ਹੈਗਾ ਸਰਦਾਰ ਏ, ਅਤੇ ਕੇਸ ਕਟਾਏ ਹੋਏ ਨੇ, ਜਿਹਨੇ ਕੇਸ ਕਟਾਏ ਨੇ ਇਸ ਮੁਰਖ ਦੀ ਗੱਲ ਯਕੀਨ ਨਾ ਕਰਿਆ ਕਰੋ। ਭਾਖੜਾ ਦਾ ਪਾਣੀ, ਪੰਜਾਬ ਦੇ ਸਵਾਲ ਅੱਗੇ ਹਰਿਆਣਾ ਲਾਜਵਾਬ, ਵਾਕਿਆ ਭਗਵੰਤ ਮਾਨ ਜੀ ਕੋਲ ਇਹੋ ਜਿਹੇ ਲਾਜਕ ਨੇ, ਹਰਿਆਣਾ ਦੀ ਐਸੀ ਤੈਸੀ। ਅੱਗੇ ਆ ਗਏ ਜੀ ਆਪਣਾ ਮੇਰਾ ਖਿਆਲ ਸਪੇਸ ਜੀ ਨੇ ਵੀ ਆਖਿਆ ਬਹੁਤ ਏ।